इन्हीं दिनी एक पासे झोने का सीजन जोरां ते चल रहा है ते दूसरे पासे सरहदी कस्बा डेरा बाबा नानक दे नेड़ले पिंड निकोसर दे एक आड़ती वलों अपने घर अंदर वड्डे गदाम च कणक अते झोने का भंडार सांभिया होया मिलिया। कणक अते झोने की फसल की भंडार करन की सूचना मिलते प्रशासनिक अधिकारियों वलों उक्त अधिकारी दे घर रेड मार के मामले की जांच की जा रही है। जिला प्रशासनिक अधिकारी DFSO सुखविंदर सिंह, मुख्य खेतीबाड़ी अफसर कवलजीत सिंह, DM कुलजीत सिंह अते नैब तहसीलदार संदीप कुमार डेरा बाबा नानक वालों पुलिस पार्टी समेत गुरमीत सिंह नामक इस आड़ती दे घर च बने गोदाम विच रेड की गई है। इस दौरान उन्हां वालों चैकिंग दौरान तकरीबन 19,000 कणक दीआं बोरियां अते करीब 10,000 झोने दीआं बोरियां गोदाम चों बरामद कीतीआं गईआं ने। इस मौके DFSO गुरदासपुर सुखविंदर सिंह ने पत्रकारां नाल जानकारी सांझी करदे हुए कहा है कि यह कार्रवाई गुप्त सूचना के आधार पर की गई है। उन्हां दस्सिया कि वख-वख महकमियां वालों इसकी जांच पड़ताल की जाएगी ते जो भी तथ्य सामने आउणगे उस अनुसार DC गुरदासपुर नूं रिपोर्ट भेज दी जाएगी। सानू मैसेज आया ही देखना है रात, पर यह कह रहे हैं भी बी है, जदों कि जिहड़ा बी है वह पहली गल तो सीड सर्टिफिकेशन अथॉरिटी दे अंदर आउंदा, वह गोदाम दे विच लगा हुंदा, उहनूं असीं बी कहिंदे आ। इह जिहड़ा वा अनऑथराइज माल आ, असीं उहनूं बी नहीं कहिंदे। इह सर इह ते साडे वल्लों कोई इह अपने DFC साहब जां DMO साहब कार्रवाई करनगे, साडी इत्थे कोई कार्रवाई इह असीं बी उहनूं गिणदे आ जिहड़ा मतलब साडे गोडाउन जिहड़े वेरीफाई उहदे विच पिया हुंदा, बकायदा रिकॉर्ड दे विच चढ़िया हुंदा भी इन्ना बी आ, वह सीड सर्टिफिकेशन अथॉरिटी उहनूं ਸਰਟੀਫਾਈ ਕਰਦੀ ਆ, ਉਹ ਵੀ ਗਿਣਿਆ ਜਾਂਦਾ ਵਾ। ਇਹ ਹਾਂ ਇਹ ਲੀਗਲ ਇਨ ਲੀਗਲ ਸਰ ਇਨ ਕਰਦਾ ਇਹ ਇਹ ਇਲੀਗਲ। ਹਾਂਜੀ ਤੇ ਸਰ ਫਿਰ ਕੀ ਕਾਰਵਾਈ ਕੀਤੀ ਜਾਏਗੀ? ਸਾਡੇ ਰਿਕਾਰਡ ਦੇ ਮੁਤਾਬਕ ਇਲੀਗਲ ਹੈ। ਕੀ ਕਾਰਵਾਈ ਕੀਤੀ ਜਾਏਗੀ ਸਰ ਤੁਹਾਡੇ ਡਿਪਾਰਟਮੈਂਟ ਵੱਲੋਂ? ਇਹ ਸਰ ਸਾਡੇ ਇਹ ਸੀਡ ਸਰਟੀਫਿਕੇਸ਼ਨ ਅਥਾਰਟੀ ਵੱਖਰੀ ਆ, ਸਾਡੇ ਖੇਤੀਬਾੜੀ ਭਾਗ ਨਾਲ ਕੋਈ ਤਲਕ ਨਹੀਂ ਹੈ। ਮਾਨਯੋਗ ਡੀ ਸਾਹਿਬ ਦੇ ਆਦੇਸ਼ਾਂ ਦੇ ਸਨਮੁਖ ਸਾਨੂੰ ਸੂਚਨਾ ਮਿਲੀ ਸੀ ਕਿ ਕੁਸਰਾ ਪਿੰਡ 'ਚ ਕਿਸੇ ਗੋਡਾਊਨ 'ਚ ਕਿਧਰੇ ਵੀਟ ਔਰ ਪੈਡੀ ਦਾ ਕੋਈ ਭੰਡਾਰ ਪਾਇਆ ਗਿਆ। ਉਹਦੇ ਸੰਬੰਧ 'ਚ ਜਿਹੜੇ ਦੇ ਮੁੱਖ ਅਫਸਰ ਚੀਫ ਐਗਰੀਕਲਚਰ ਅਫਸਰ DMO ਸਾਹਿਬ, ਨੈਬ ਤਹਿਸੀਲਦਾਰ ਸਾਹਿਬ ਔਰ ਅਸੀਂ ਇੱਥੇ ਆਏ ਸੀ ਮੌਕੇ 'ਤੇ। ਜਿਹੜੀ ਕਣਕ ਦਾ ਅਪਰੋਕਸੀਮੇਟਲੀ 19,500 ਦੇ ਕਰੀਬ ਬੋਰੀਆਂ ਪਾਈਆਂ ਗਈਆਂ ਨੇ ਔਰ ਜੋ ਕਿ ਫਿਊਮੀਗੇਟਡ ਹੋਈਆਂ ਹੋਈਆਂ ਔਰ ਸਟੈਕਡ ਕੀਤੀਆਂ ਹੋਈਆਂ ਨੇ। ਇਸ ਸੰਬੰਧੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕੋਈ ਸੀਡ ਦੇ ਨਾਲ ਰਿਲੇਟਡ ਉਹਨਾਂ ਨੇ ਸਟੋਰ ਕੀਤਾ ਜੋ ਕਿ ਇੱਕ ਮਤਲਬ ਕਿ ਤਫਤੀਸ਼ ਤੋਂ ਬਾਅਦ ਕਲੀਅਰ ਹੋ ਸਕੇਗਾ। ਸੈਕਿੰਡ ਇੱਥੇ ਪੈਡੀ ਜਿਹੜੀ ਆ ਹੁਣ ਤੱਕ ਇੱਥੇ ਦੋ ਫਰਮਾਂ ਨੇ, ਨਿੱਕੂ ਸਰਾਂ ਟ੍ਰੇਡਿੰਗ ਕੰਪਨੀ ਐਂਡ KS ਟ੍ਰੇਡਿੰਗ ਕੰਪਨੀ। ਉਹਨਾਂ ਦੋਵਾਂ ਫਰਮਾਂ 'ਤੇ ਤਕਰੀਬਨ ਪਿਛਲੇ ਦਿਨਾਂ 'ਚ 500 ਫੁੱਲ 10,000 ਬੈਗ ਖਰੀਦ ਕੀਤੀ ਗਈ ਆ ਅਪਰੋਕਸੀਮੇਟਲੀ। ਤਾਂ ਮੌਕੇ 'ਤੇ ਗਿਣਿਆ ਗਿਆ ਲਗਭਗ 98-99 ਬੋਰੀਆਂ ਹੈਗੀਆਂ ਇੱਥੇ ਜੀ, ਔਰ ਕੁਛ 1509 ਪਰਚੇਜ ਹੋਈ ਪਈ ਆ, 800-900 ਬੋਰੀ। ਸੋ ਇਹ ਮੁੱਢਲੀ ਜਾਂਚ ਤਾਂ ਇਹੋ ਹੀ ਆ ਜੀ। ਅੱਜ ਤੱਕ ਜਿਹੜੀ ਸਟੋਕ ਹੈਗਾ ਇਹਦੇ ਸੰਬੰਧੀ ਅਸੀਂ ਅੱਗੇ ਫਾਰਮਰ ਜਾਂ ਜਿਹੜੇ ਵੀ ਜ਼ਿਮੀਂਦਾਰ ਜਾਂ ਆੜਤੀਆ ਹੈਗਾ ਉਹਨਾਂ 'ਤੇ ਅਗਲੀ ਜਿਹੜੀ ਇਨਕੁਆਇਰੀ ਬਣੇਗੀ ਉਹ ਜੋ ਕਾਨੂੰਨ ਅਨੁਸਾਰ ਕਰਕੇ ਨੈਕਸਟ ਰਿਪੋਰਟ ਆਪਾਂ ਮਾਨਯੋਗ ਡੀ ਸਾਹਿਬ ਨੂੰ ਪੇਸ਼ ਕਰਾਂਗੇ ਜੀ। ਸਰ ਜਿਹੜਾ ਸੀਡ ਫਾਰਮ ਇਹ ਲੀਗਲ ਕਿ ਲੀਗਲ ਹੈ? ਸੀਡ ਫਾਰਮ ਦਾ ਦੇਖੋ ਜੀ, ਇਹਦੇ 'ਤੇ ਆਪਾਂ ਹਾਲ ਦੀ ਘੜੀ ਕਮੈਂਟ ਨਹੀਂ ਕਰ ਪਾਵਾਂਗੇ ਕਿਉਂਕਿ ਉਹਨਾਂ ਵੱਲੋਂ ਸਾਨੂੰ ਲਾਇਸੈਂਸ ਐਂਡ ਆਪਣਾ ਪਲੇਸ ਆਫ ਓਪਰੇਸ਼ਨ ਸ਼ੋ ਕਰਨਾ ਅਜੇ ਉਹਨਾਂ ਨੇ। ਸੋ ਮੌਕੇ 'ਤੇ ਕੀ ਕਹਿਣਾ, ਜਲਦਬਾਜ਼ੀ ਹੋਏਗੀ ਜੀ ਇਹ ਸੀਡ ਫਾਰਮ ਹੈਗਾ ਜਾਂ ਨਹੀਂ ਹੈਗਾ ਜੀ। ਫਿਲਹਾਲ ਦੀ ਘੜੀ ਇਹਨਾਂ ਵੱਲੋਂ ਜੋ ਹੈਗਾ ਐਜ਼ ਫਾਰਮਰ ਇਹਨਾਂ ਨੇ ਸਾਨੂੰ ਬਿਆਨ ਦਿੱਤਾ ਕਿ ਉਹਨਾਂ ਦਾ ਇੱਕ ਸੀਡ ਕੰਪਨੀ ਬੈਸਟ ਸੀਡ ਕੰਪਨੀ ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਜਿਹਦੇ ਤਹਿਤ ਉਹਨਾਂ ਨੂੰ ਉਹਨਾਂ ਦੇ ਖਾਤੇ ਵਿੱਚ ਲਗਭਗ 50 ਲੱਖ ਰੁਪਏ ਦੇ ਕਰੀਬ ਉਹਨਾਂ ਵੱਲੋਂ ਰਕਮ ਜਿਹੜੀ ਹੈਗੀ ਹੈ ਔਨਲਾਈਨ ਟ੍ਰਾਂਸਫਰ ਕੀਤੀ ਗਈ ਹੈ। ਸੋ ਫਰਦਰ ਜਾਂਚ ਆਪਾਂ ਦੇਖ ਲਾਂਗੇ ਜੀ ਉਹਨਾਂ ਦੇ ਐਗਰੀਮੈਂਟ ਐਂਡ ਜੋ ਉਹਨਾਂ ਦੇ ਆਪਣਾ ਇਹਨਾਂ ਨਾਲ ਐਗਰੀਮੈਂਟ ਹੋਇਆ ਜਾਂ ਉਹਨਾਂ ਨਾਲ ਜੋ ਟ੍ਰਾਂਜੈਕਸ਼ਨਸ ਹੋਈਆਂ ਨੇ ਉਹਨਾਂ ਬਾਰੇ ਜਿਹੜੀ ਹੈ ਕਿ ਇਨਕੁਆਇਰੀਜ਼ ਜੋ ਬਣਦੀਆਂ ਹੋਣਗੀਆਂ ਉਹ ਕਾਰਵਾਈਆਂ ਕਰਕੇ ਰਿਪੋਰਟ ਪੇਸ਼ ਕਰਦੇ ਹੋਏ। ਸਰ ਇਹ ਜਿਹੜੀ ਅਪਰੂਵਡ ਜਿਹੜੀ ਹੈ ਡਿਸਟ੍ਰਿਕਟ ਗੁਰਦਾਸਪੁਰ ਤੋਂ ਕਰਵਾਈ ਹੈ ਜਾਂ ਹੋਰ ਕਿਸੇ ਅਦਰ? ਉਹਨਾਂ ਵੱਲੋਂ ਦੱਸਣ ਅਨੁਸਾਰ ਤਾਂ ਜੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਈ ਹੋਈ ਹੈ ਜਿਹੜੀ ਰਜਿਸਟਰਡ ਹੋਈ ਹੈ। ਦੇਖੋ ਜੀ ਮੇਰਾ ਡਿਪਾਰਟਮੈਂਟ ਫੂਡ ਸਪਲਾਈ ਹੈ, ਸੋ ਸਾਡੇ ਡਿਪਾਰਟਮੈਂਟ ਦੇ ਨਾਲ ਇਹ ਕੁਸ਼ਚਨ ਰਿਲੇਟਡ ਨਹੀਂ ਹੈਗਾ। ਚੀਫ ਸਾਹਿਬ ਨਾਲ ਨੇ ਸਾਡੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀ ਹੈਗੀ ਹੈ ਐਜ਼ ਪਰ ਸੀਡ ਹੁਣ ਤੱਕ ਇਹ ਬੈਗਾਂ 'ਚੋਂ ਪ੍ਰੋਪਰ ਇਹਦੀ ਮਾਰਕਿੰਗ ਵਗੈਰਾ ਹੋ ਜਾਣੀ ਚਾਹੀਦੀ ਸੀ ਅਗਰ ਇਹ ਸੀਡਸ ਹੈਗੇ ਸੀ।
बट फिर भी अपना इनू फिलहाल की कड़ी असी इतने जो है सिक्योरिटी गार्ड वगैरह रख के उस तो बाद अगली यदि फरदर मूवमेंट रोक के उस पहला इनकुआरी करा उस तो बाद यदि मूवमेंट शुरू करवावे जी। उधर दूजे पास इस संबंधी आड़ती गुरमीत सिंह का कहना है कि मेरी अपनी मालकी 100 किला है ते 400 किले के करीब उसने ठेके से जमीन लै रखी है ते जिमीदारा नू हक है कि वह अपना माल स्टॉक करके रख सकते हैं। उन्हें दसा कि महकमे के अधिकारियों वालों जो भी जमीन का रिकॉर्ड मंगया गया सी वह उन्होंने वालों अधिकारियों नू सौंप दिता गया। नाम तुहाडा? गुरमीत सिंह जी। ये जी मेरे को अपनी मालकी जमीन 100 किला 300-400 करीब किले से मैं ठेके ली है। मैनू बेस्ट सीड वाले ने सारा बीज दिता है, 500 किले का मैनू बीज दिता है। चलो मेरी बीजी 450 किला मैं कणक, वो जो सारी कणक मेरी तैयार हो गई है मैं अपने घर वढ़ के जी ला ली। इतने वक् वक् विभागों के अधिकारी कह रहे हैं कि यह काम सही नहीं है, तुम की कहना चाहते हो? बिल्कुल सही है जी मेरा काम, कोई मुश्किल नहीं। देखो जिमीदार है मैं, अपनी फसल मैं रख सकता, जिमीदार अपनी फसल में तो कोई मुश्किल नहीं। हाँ जी। तो सर ते वाले कोई डॉक्यूमेंट्स से उन्होंने प्रोवाइड करवाए गए ने महकमे ने? मेरे को उन्होंने कहा भी मैंने अपनी जमीन का रिकॉर्ड दे दो, मैं ले लो। हाँ मैं देते। फिलहाल पूरा मामला की है ये तो जांच तो बाद ही साफ होगा। गुरदासपुर तो लवप्रीत सिंह, खुशीपुर की रिपोर्ट।